ਸਡੋਗਰੇ ਹੁੰਨੇ ਆ ਦਿਲਾਂ ਦੇ ਮਾੜੇ ਨਹੀਂ ਅਸ ਮਿੱਠੀਏ ਅਸ ਡੋਗਰੇ ਹੁੰਨੇ ਆ ਦਿਲਾਂ ਦੇ ਮਾੜੇ ਨਹੀਂ ਅਸ ਮਿੱਠੀਏ ਨਮਸਕਾਰ ਤੁਸੇ ਦਿਖਾ ਦਿਓ ਜੰਮੂ ਪਰਿਵਰਤਨ ਔਰ ਮੈਂ ਤੁਹਾਡੇ ਕੰਨਾ ਅਨਿਲ ਕੁਮਾਰ ਅਗਰ ਗੱਲ ਕਰਚਾ ਜੰਮੂ ਦੇ ਯੁਵਾ ਦੀ ਜੰਮੂ ਦੇ ਯੁਵਾ ਹਰ ਖੇਤਰ ਚ ਆਪਣੀ ਇੱਕ ਅਲੱਗ ਪਹਿਚਾਨ ਬਣਾਉਣੇ ਵਾਸਤੇ ਲੱਖ ਕੋਸ਼ਿਸ਼ਾਂ ਕਰਾ ਦੇਣਾ ਚਾਹੇ ਸੰਗੀਤ ਦੀ ਦੁਨੀਆ ਵੈ ਚਾਹੇ ਫਿਲਮ ਇੰਡਸਟਰੀ ਹੋਵੇ ਉਥੇ ਵੀ ਆਪਣੀ ਕਿਸਮਤ ਅਜਮਾ ਦੇਣਾ ਔਰ ਸੋਸ਼ਲ ਮੀਡੀਆ ਪਲੇਟਫਾਰਮ ਪਰ ਵੀ ਆਪਣੀ ਅੱਛੀ ਖਾਸੀ ਪਹਿਚਾਨ ਬਣਾ ਦੇਣਾ ਲੇਕਿਨ ਅੱਜ ਜਿਸ ਮੈਂ ਯੁਵਾ ਦੀ ਗੱਲ ਕਰਾਣਾ ਉਸ ਯੁਵਾ ਦਾ ਨਾਮ ਹੈ ਗੌਰਵ ਬਤਰੀ ਜਿਨ ਇੱਕ ਡੋਗਰੇ ਵਾਸਤੇ ਇੱਕ ਨਵਾਂ ਗਾਣਾ ਜਿਹੜਾ ਲਿਆਂਦਾ ਹੈ ਮਾਰਕੀਟ ਤੇ ਜਿਹਦਾ ਨਾਮ ਅਸ ਡੋ ਕਤਰੀਂ ਦੇ ਨਾਮ ਤੇ ਤੁਹਾਡੀ ਗੱਲ ਕਰਾਨਾ ਹੋਰ ਇੰਦੇ ਕਰਨਾ ਜਿਹੜੀ ਗੱਲਬਾਤ ਕਰਨੀ ਹੈ ਕਿ ਜਿਹੜਾ ਇਹਦਾ ਨਵਾਂ ਗਾਣਾ ਆ ਉਹਦੇ ਬਾਰੇ ਕੀ ਆਖਣਾ ਜਾਂਦੇ ਹੋ ਗੁਰੂ ਜੀ ਬੜਾ ਬੜਾ ਸਵਾਗਤ ਹੈ ਜੰਮੂ ਬੇ ਜੈ ਡੁੱਗਰ ਜੈ ਡੋਗਰੀ ਧੰਨਵਾਦੀ ਦਸਤੋ ਕੀ ਤੁਹਾਡਾ ਨਵਾਂ ਗਾਣਾ ਆ ਕੀ ਆਖਣਾ ਜਾਂਦੇ ਹੋ ਦੇਖੋ ਗਾਣੇ ਤੇ ਸਾਡੇ ਪਹਿਲੇ ਵੀ ਆਏ ਰਹੇ ਬਟ ਇਸ ਗਾਣੇ ਦੀ ਖੂਬੀ ਇਹ ਹੈ ਇਹ ਕੁਸ਼ੋਰ ਦੇ ਬਾਰੇ ਚ ਨਹੀਂ ਸਾਡੇ ਆਪਣੇ ਲੋਕਾਂ ਦੇ ਬਾਰੇ ਚ ਹੈ ਸਾਡੀ ਡੋਗਰੀ ਗੇ ਸ਼ਾਨ ਹੈ ਇਹ ਸਾਡੀ ਪਹਿਚਾਨ ਹੈ ਸਾਡੀ ਡੋਗਰੀ ਕੇ ਸ਼ਾਨੇ ਸਾਡੀ ਪਛਾਣੇ ਦੇ ਉੱਪਰ ਸਾਡੀ ਜਿੰਦ ਕੁਰਬਾਨ ਹੈ ਅਸ ਡੋਗਰੇ ਹੁੰਨੇ ਆ ਦਿਲਾਂ ਦੇ ਮਾੜੇ ਨਹੀਂ ਅਸ ਮਿੱਠੀਏ ਅਸ ਡੋਗਰੇ ਹੁੰਨੇ ਆ ਦਿਲਾਂ ਦੇ ਮਾੜੇ ਨਹੀਂ ਅਸ ਮਿੱਠੀਏ ਅਸ ਡੋਗਰੀ ਤੇ ਸਾਨੂੰ ਲੋਕਾਂ ਨੂੰ ਪਤਾ ਸਾਡੀ ਭਾਸ਼ਾ ਬਟ ਲੋਕ ਇਹ ਨਹੀਂ ਮਤਲਬ ਸਮਝੀ ਪਾਉਂਦੇ ਅਸ ਲੋਕ ਮਤਲਬ ਬਾਹਰ ਦੇ ਲੋਕ ਇਹ ਸੋਚਦੇ ਪਤਾ ਨਹੀਂ ਡੋਗਰੇ ਕੀ ਹਲੇ ਹੋਣੇ ਰੂਡ ਹੋਣੇ ਯਾਨੀ ਬਟ ਉਹਨੇ ਇਹਦੇ ਮਾਧਿਅਮ ਤੇ ਮੈਂ ਇਹ ਸਮਝਾਣੇ ਕੋਸ਼ਿਸ਼ ਕੀਤੀ ਅਸ ਬੜੇ ਪੋਲਾਈਟ ਹੁੰਨੇ ਤਰੀਕੇ ਗਨੇ ਰੋਂਦੇ ਸਾਡੇ ਕੋਈ ਧਰਮੇ ਦਾ ਕੋਈ ਹੋ ਨਹੀਂ ਦਾ ਸਾਰੇ ਪਿਆਰ ਮੇਲ ਕਰਨੇ ਰੋਂਦੇ ਠੀਕ ਹੈ ਤੇ ਇਸ ਬੇਸ ਪਰ ਗਾਣਾ ਹੈ ਆ ਸੋਚ ਕਿੰਨੀਆਂ ਬਣੀ ਕਿ ਮੈਂ ਡੋਗਰੀ ਚ ਗਾਣਾ ਗਾ ਦੇਖੋ ਸੋਚ ਗਏ ਬਟ ਇਹ ਸਾਡੀ ਮਾਤਰ ਪਾਹ ਹੈ ਸਾਡੀ ਡੋਗਰੀ ਹੈ ਤੇ ਸਭ ਤੋਂ ਪਹਿਲਾ ਖਿਆਲ ਤੇ ਸਾਡੀ ਜ਼ਿੰਮੇਵਾਰੀ ਵੀ ਆ ਤੇ ਖਿਆਲ ਵੀ ਆਂਦਾ ਜੇ ਜੋ ਵੀ ਕੰਮ ਕਰਨਾ ਡੋਗਰੀ ਚੋਂ ਜਿਆਦਾ ਜਿਦਨੇ ਸਾਡਾ ਵੀ ਨਾਮ ਬਣੇ ਸਾਡੇ ਜਿਹੜਾ ਸਮਾਜ ਉਹਦਾ ਨਾਮ ਬਣੇ ਸਾਡੀ ਭਾਸ਼ਾ ਦਾ ਨਾਮ ਬਣੇ ਬੜੇ ਸਾਰੇ ਸਾਡੇ ਜੰਮੂ ਦੇ ਗਾ ਜੁਵਾ ਪੰਜਾਬੀ ਚ ਵੀ ਬੜਾ ਸ਼ਾਲਗਾਂ ਦੇਣਾ ਹਿੰਦੀ ਚ ਵੀ ਬੜਾ ਸ਼ਾਲਗਾਂ ਦੇਣਾ ਲੇਕਿਨ ਤੁਸੀਂ ਵੀ ਸੋਚੀ ਸਕਦੇ ਹੋ ਕਿ ਮੈਂ ਵੀ ਹਿੰਦੀ ਚ ਗਾਣਾ ਕਰਾਂ ਪੰਜਾਬੀ ਵਿੱਚ ਗਾਣਾ ਕਰਾਂ ਲੇਕਿਨ ਆਖਿਰਕਾਰ ਸੋਚ ਕੋ ਦਾ ਨਾ ਕੋ ਦਾ ਟੱਚ ਕਰਦੀ ਹੈ ਕੋ ਦਾ ਕਿ ਡੋਗਰੀ ਪ੍ਰਮੋਟ ਕੀਤਾ ਜਾ ਜੀ ਉਹਦੇ ਬਾਰੇ ਕੀ ਆਖਣਾ ਜਾਂਦੇ ਦੇਖੋ ਗਾਣੇ ਤੇ ਮੇਰੇ ਕੋਲ ਪਹਿਲੇ ਵੀ ਆ ਰਹੇ ਡੋਗਰੀ ਗਾਣੇ ਮੇਰੇ ਕੋਲ ਆਏ ਆ ਡੋਗਰੀ ਆਖਾਂ ਪੰਜਾਬੀ ਗਾਣੇ ਮੇਰੇ ਕੋਲ ਆਏ ਆ ਹਿੰਦੀ ਗਾਣੇ ਵੀ ਆ ਰਹੇ ਮੇਰੇ ਕੋਲ ਕਾਫੀ ਸਾਰੇ ਗਾਣੇ ਆ ਬਟ ਮੇਰਾ ਸਭ ਤੋਂ ਪਹਿਲੇ ਇਹ ਹਾ ਕਿ ਮੇਰੀ ਜਿਹੜੀ ਭਾਸ਼ਾ ਹੈ ਡੋਗਰੀ ਉਹ ਮੈਂ ਅੱਗੇ ਵਧਾਈ ਚੜਾਈ ਜਿੰਨਾ ਮੇਰੇ ਕੋਲ ਆਈ ਸਕੇ ਮੈਂ ਆਪਣੇ ਸਮਾਜ ਤਾਂ ਇੰਗਰੀ ਸਗਾ ਸਾਡੀ ਭਾਸ਼ਾ ਮੈਂ ਹੁੰਦੇ ਤਾਂ ਜਿੰਨਾ ਕਰੀ ਸਗਾ ਤੇ ਇਹ ਮੇਰਾ ਮੇਨ ਮੋਟੋ ਹੈ ਫਸਟਲੀ ਤੇ ਇਸ ਗਾਣੇ ਵਿੱਚ ਕਿੱਡੀ ਗਰ ਟੀਮ ਹੈ ਜਿਹਨਾਂ ਕੰਮ ਕੀਤਾ ਦੇਖੋ ਇਸ ਗਾਣੇ ਟੀਮ ਕਾਫੀ ਵੱਡੀ ਹੈ 10 12 ਬੰਦੇ ਦੀ ਹੈ ਮੈਂ ਇਸ ਤੇ ਮਿਊਜ਼ਿਕ ਇਤਰਾ ਬਲੂ ਰੈਕਰ ਨੇ ਤੇ ਵੀਡੀਓ ਕਿਤਰੀ ਸਾਹਿਬ ਬਈਆ ਇਆਂ ਕਾਫੀ ਟੀਮ ਹੈ ਨੋ ਦਾ ਸੰਬੰਧ ਹੈ ਸਾਡੀ ਤੇ ਚੈਨਲ ਸਾਡਾ ਆਪਣਾ ਜਿਹਦੇ ਪਰ ਆ ਰਿਹਾ ਡੋਗਰੀ ਪ੍ਰੋਡਕਸ਼ਨ ਨਾਂ ਪਰ ਤੇ ਕੰਮ ਕੀਤਾ ਕਿ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਪਿਆਰ ਗਨੇ ਕੀਤਾ ਕੰਮ ਕੋਈ ਐਸਾ ਨਹੀਂ ਹੋਇਆ ਆਪੂ ਜਾਂ ਕੋਈ ਬੇਦਵਾ ਬਣੀਆ ਵਿੱਚ ਨਹੀਂ 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 ਸਾਡੇ ਗਨੇ ਨਹੀਂ ਹੁੰਦਾ ਉਹ ਬਾਕੀ ਇਹ ਪਿਆਰ ਗਨੇ ਕਰਨੇ ਉਹਨੇ ਜਿਹੜਾ ਇਹ ਕੰਮ ਕਰਨੇ ਉਹਨੇ ਕਿ ਮਾਰੇ ਮੈਂ ਪਿੱਛਾ ਰਹੀ ਆ ਕੈਮਰੇ ਕੋਲ ਮੈਂ ਪਿੱਛਾ ਕਰੀ ਰਹੀ ਆ ਮੈਂ ਕੈਮਰੇ ਦੇ ਆਪੇ ਬਾਅਦ ਅੱਗੇ ਉਹਨੇ ਪਰ ਜਿਹੜੀ ਸਾਡੀ ਟੀਮ ਹੈ ਨਾ ਉਹਨੇ ਇਹ ਕੰਨੇ ਲਈ ਚੱਲੇ ਉਹਨੇ ਕੋਈ ਇਹ ਨਹੀਂ ਐ ਮਤਲਬ ਕਿ ਇਹ ਕੋਈ ਮੇਰੇ ਇਕੱਲੇ ਦਾ ਗਾਣਾ ਨਹੀਂ ਐ ਇਹ ਮੇਰੀ ਪੂਰੀ ਟੀਮ ਦਾ ਗਾਣਾ ਐ ਇਹ ਮੈਂ ਇਕੱਲਾ ਕ੍ਰੈਡਿਟ ਨਹੀਂ ਐ ਮੇਰੀ ਟੀਮ ਦੀ ਕ੍ਰੈਡਿਟ ਜਾਂਦਾ ਪੂਰਾ ਜੱਲਾ ਪ੍ਰਿੰਸਾ ਉਹਨਾਂ ਤੁਸੀਂ ਦੱਸਿਆ ਕਿ ਮੇਰੇ ਕੋਲ ਇਹ ਗਾਣਾ ਲਿਖਿਆ ਦਾ ਪਿਆਦਾ ਬੜੇ ਸੋਹਣੇ ਲਿਰਿਕਸ ਨੇ ਦੇ ਤੇ ਉਹ ਲੈ ਕਿੰਨਿਆ ਸਿਲੈਕਟ ਕੀਤਾ ਕਿ ਜੱਲਾ ਵੀ ਕੋਈ ਗਾਣਾ ਦਾ ਅਸੀਂ ਪਹਿਲਾਂ ਉਹਦੀ ਕੰਪੋਜੀਸ਼ਨ ਬਣਾਈ ਜਾਂਦੀ ਐ ਕੋਈ ਤਾਂ ਕੋਈ ਕਹਦਾ ਕੰਪੋਜੀਸ਼ਨ ਆਪੇ ਬਣਾਈ ਜਾਂ ਕੋਈ ਤਾਂ ਹੋਰ ਬਣਾਈ ਹਾਂਜੀ ਸਭ ਤੋਂ ਸਭ ਤੋਂ ਪਹਿਲੇ ਮੇਰੇ ਕੋਲ ਆਇਆ ਐ ਸੋਸ਼ਲ ਮੀਡੀਆ ਥਰੂ ਮੈਨੇ ਕੰਟੈਕਟ ਹੋਇਆ ਐ ਦਾ ਤੇ ਇਹ ਮੇਰੇ ਕੋਲ ਆਇਆ ਕਿ ਬਈ ਇਹ ਗਾਣਾ ਲ ਗਾਣਾ ਤੇ ਮੇਰੀ ਤਾਂ ਗੱਲ ਹੀ ਮੀ ਕਾਫੀ ਸੁਣਿਆ ਮੀ ਕਾਫੀ ਅੱਛਾ ਲੱਗਿਆ ਫਿਰ ਮੈਨੇ ਆਖਿਆ ਇਹ ਗਾਣਾ ਕੰਪਲੀਟ ਕਰ ਉਸਲੇ ਅੱਧਾ ਲਿਖਿਆ ਦਾ ਹ ਜਿੱਲੇ ਨੇ ਪੂਰਾ ਕੀਤਾ ਫਿਰ ਮੇਰੇ ਕੋਲ ਆਏ ਫਿਰ ਅਸੀਂ ਮਿਲੀਏ ਗਾਣਾ ਪੂਰਾ ਗਾਣਾ ਕੰਪਲੀਟ ਕੀਤਾ ਇਹ ਸਾਡਾ ਗਾਣਾ ਗੌਰਵ ਔਰ ਹੁਣ ਤੋਂ ਇਹ ਮਲਾਟੀ ਗਾਣੇ ਆ ਤੁਹਾਡੀ ਪ੍ਰਿੰਸਨ ਦੇ ਗੱਨਾ ਜਿਹੜੇ ਇਸ ਗਾਣੇ ਦੇ ਜਿਹਨਾਂ ਲਿਰਿਕਸ ਲਿਖੇ ਦੇ ਨੇ ਪ੍ਰਿੰਸ ਜੀ ਬੜਾ ਬੜਾ ਸਵਾਗਤ ਆ ਤੁਹਾਡਾ ਵੀ ਜਿਆ ਡੋਗਰ ਜਾ ਮਾ ਡੋਗਰੀ ਮੈਂ ਤੁਹਾਡਾ ਪ੍ਰਿੰਸ ਡੋਗਰਾ ਦੱਸੋ ਇਹ ਆਖਿਰਕਾਰ ਕਿੰਨੀ ਸੋਚ ਆਈ ਕਿ ਮੈਂ ਡੋਗਰੀ ਵਿੱਚ ਗਾਣੇ ਲਿਖਣਾ ਸ਼ੁਰੂ ਕਰਾਂ ਗਾਣੇ ਚ ਇਹ ਦੇਖੋ ਅੱਗੇ ਅੱਗੇ ਕਿਤੇ ਸਾਡੀ ਪਾਸ਼ਾ ਡੋਗਰੀ ਠੀਕ ਹੈ ਇੱਕ ਤੇ ਤਾਂ ਅਗਰ ਇਹ ਸ਼ੌਂਕ ਪਿਆ ਸਾਨੂੰ ਠੀਕ ਹੈ ਕਿਉਂਕਿ ਮੇਰਾ ਸਟਾਰਟਿੰਗ ਤੋਂ ਨਿੱਕੇ ਹੁੰਦਾ ਹੈ ਪੈਸ਼ਨ ਕਿ ਮੈਂ ਗਾਣੇ ਲਿਖਨੇ ਤੇ ਗਾਣੇ ਗਾਣੇ ਆ ਠੀਕ ਹੈ ਤੇ ਉਹਦੇ ਬਾਅਦ ਬੱਲੇ ਬੱਲੇ ਕਰਦੇ ਕਰਦੇ ਠੀਕ ਹੈ ਤੇ ਫਿਰ ਮੇਰਾ ਪੈਸ਼ਨ ਬਣਿਆ ਕਿਉਂਕਿ ਮੈਂ ਇੱਕ ਇੱਕ ਦੋ ਬੰਦੇ ਕੋਲ ਜਾਂ ਵੀ ਗਾਣਾ ਮੰਗਿਆ ਤੇ ਮਾਸ਼ੇ ਬੱਲੇ ਮੈਂ ਬਈ ਇੰਨੇ ਇੰਨੇ ਅਕਚੜ ਗੱਲ ਹੈ ਤੇ ਮੀ ਗਾਣਾ ਚਾਹਦਾ ਠੀਕ ਹੈ ਤੇ ਉਹਦੇ ਬਾਅਦ ਠੀਕ ਹੈ ਉਹਨੇ ਮੈਂ ਉਹਨਾਂ ਤੋਂ ਗਾਣੇ ਮੰਗੇ ਮੈਂ ਬਈ ਇੰਨੇ ਇੰਨੇ ਗੱਲ ਹੈ ਤੇ ਉਹਨੇ ਮੀ ਪਤਾ ਕੀ ਕਿ ਤੋਣੀ ਮੀ ਦੋ ਉਹਨੇ ਮੀ ਦੋ ਤਰਾ ਦਿ ਨੀ ਮਤਲਬ ਕਿ ਮੈਂ ਫਿਰ ਉਹਦੇ ਬਾਅਦ ਮੈਂ ਆਪੂ ਸੋਚ ਬਣਾਈ ਕਿ ਮੈਂ ਆਪੂ ਵੀ ਕਰੀ ਸਕਦਾ ਕੁਝ ਠੀਕ ਆ ਉਹਦੇ ਬਾਅਦ ਫਿਰ ਮੈਂ ਡੋਗਰੀ ਆਂਦੇ ਗਾਣੇ ਸੁਣਦੇ ਰਿਹਾ ਠੀਕ ਆ ਤੇ ਉਹਦੇ ਬਾਅਦ ਫਿਰ ਮੀਂ ਲਿਖਣੇ ਦਾ ਸ਼ੌਂਕ ਬਣਿਆ ਕਿ ਮੈਂ ਲਿਖਾਂ ਡੋਗਰੀ ਗਾਣੇ ਚ ਤੇ ਫਿਰ ਮੈਂ ਉਹਦੇ ਬਾਅਦ ਡੋਗਰੀ ਗਾਣੇ ਲਿਖਣਾ ਸਟਾਰਟ ਕੀਤਾ ਤੇ ਹੁਣ ਕਿੰਨੇ ਕਰ ਗਾਣੇ ਪੇਦੇ ਨੇ ਲਿਖੇ ਤੇ ਡੋਗਰੀ ਦੇਖੋ ਉਹ ਗਾਣੇ ਲਿਖਦੇ ਮੇਰੇ ਕੋਲ 70 ਅੱਸੀ ਗਾਣੇ ਲੀ ਪੇਦੇ ਆ ਹਾਂਜੀ ਦੇ ਉਹਨਾਂ ਕੇ ਮਰਜ਼ੀ ਹੈਗੀ ਉਹਨੇ ਵੀ ਮਾਰਕੀਟ ਚ ਲਿਆ ਜਾਏ ਕੋਈ ਆਛਾ ਸਿੰਗਰ ਜਾਂ ਪਰ ਹੁਣ ਇੱਕ ਬੜਾ ਅਛੇ ਤਰੀਕੇ ਕਰਾਂਗੇ ਹਾਂਜੀ ਸਾਰੇ ਗਾਣੇ ਲੈਣੇ ਆ ਸੇ ਤੇ ਕਿਹੜੇ ਕਿਹੜਾ ਸਿੰਗਰ ਸਿਲੈਕਟ ਕੀਤਾ ਕੋਈ ਉਹਨਾਂ ਦੇ ਨਜ਼ਰ ਚ ਆਲੀ ਤੇ ਫਿਲਹਾਲ ਤੇ ਗੁਰਬੇ ਯਾਰ ਹੀ ਗਿਆ ਆ ਲੱਗੀ ਗੁਰਬੋਂ ਨੇ ਮੌਕਾ ਦਿੱਤੇ ਹਾਂਜੀ ਚਲ ਠੀਕ ਇਹ ਸਾਰੇ ਕਰਨਾ ਪ੍ਰਿੰਸ ਔਰ ਇਹ ਸਾਰੇ ਕਰਨਾ ਗੁਰਬ ਔਰ ਜਿਨ੍ਹਾਂ ਇੱਕ ਅਸਰ ਡੋਗ ਰਹੇ ਆ ਗਾਣਾ ਗਾਇਆ ਬੜਾ ਕਾ ਸੁੰਦਰ ਗਾਣਾ ਮੈਂ ਸੁਣਿਆ ਤੁਸੀਂ ਵੀ ਸਕਰੀਨ ਪਰ ਸੁਣਿਓ ਕਿ ਕੀ ਲਿਆ ਲੱਗਿਆ ਕੀ ਲਿਆ ਲਿੰਕ ਆ ਤਾਂ ਤੁਸੀਂ ਪਾਈ ਦੇਣਾ ਗਾਣੇ ਦਾ ਤੁਸ ਵੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅਗਰ ਗਾਣਾ ਜੀਲਿਆ ਵੀ ਹੋ ਗੋ ਕਮੈਂਟ ਜਰੂਰ ਕਰਨਾ ਸ਼ਾਇਰ ਲੱਗ ਤੇ ਗੁੱਡ ਲਿਖਣਾ ਹੈ ਨਹੀਂ ਸ਼ਾਇਰ ਲੱਗ ਜੋ ਵੀ ਕਮੀ ਹੋ ਗੋ ਜਰੂਰ ਦੱਸਣੀ ਮੈਂ ਤੁਹਾਡੇ ਅਗਾਯਾ ਉਮੀਦ ਕਰਨਾ ਇਹ ਅਪੀਲ ਕਰਨਾ ਕਿ ਇਸ ਗਾਣੇ ਜਿਆਦਾ ਕੋਲਾ ਜਿਆਦਾ ਸ਼ੇਅਰ ਕਰਿਓ